ਭਾਰਤ ਦੇ ਅੰਦਰ ਖਾਸ ਤੌਰ ਦੇ ਉੱਤੇ ਪੰਜਾਬ ਹਰਿਆਣਾ ਦੇ ਅੰਦਰ ਇੱਕ ਬਹੁਤ ਹੀ ਕਾਨੂੰਨੀ ਜਿਹੜੀ ਹੈ ਸਿਆਸਤ ਵੀ ਹੋ ਰਹੀ ਹੈ। ਸਿੱਖ ਬੰਦੀ ਜਿਹੜੇ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਹੈ ਉਹਨਾਂ ਨੂੰ ਮਿਲੀਆਂ ਪਰੋਲਾਂ ਜਿਹੜੀਆਂ ਹੈ ਉਹ ਰੱਦ ਕੀਤੀਆਂ ਜਾ ਰਹੀਆਂ ਨੇ। ਕਰੋਨਾ ਵਾਇਰਸ ਦੀ ਆੜ ਦੇ ਵਿੱਚ ਹਰਿਆਣਾ ਸਰਕਾਰ ਜਿਹੜੀ ਹੈ ਉਹ ਸੌਦਾ ਸਾਧ ਨੂੰ ਪੈਰੋਲ ਦੇ ਉੱਤੇ ਰਿਹਾ ਕਰਨ ਜਾ ਰਹੀ ਹੈ। ਹਰਿਆਣਾ ਸਰਕਾਰ ਸੌਦੇ ਸਾਧ ਨੂੰ ਰਿਹਾ ਕਰਦੀ ਹੈ ਪੈਰੋਲ ਦੇ ਉੱਤੇ ਅਤੇ ਉਹ ਬਾਹਰ ਆਉਂਦਾ ਹੈ ਅਤੇ ਪੰਜਾਬ ਅਤੇ ਹਰਿਆਣੇ ਦੇ ਵਿੱਚ ਜਿਹੜੇ ਪਿਛਲੇ 3-4 ਸਾਲਾਂ ਤੋਂ ਸ਼ਾਂਤੀ ਦਾ ਇੱਕ ਮਾਹੌਲ ਬਣਿਆ ਹੋਇਆ ਉਹਨੂੰ ਅੱਗ ਲਾਉਣ ਦਾ ਇੱਕ ਬਹੁਤ ਵੱਡਾ ਯਤਨ ਹੋਏਗਾ। ਇਹ ਇੱਕ ਸਿੱਖਾਂ ਨੂੰ ਉਕਸਾਉਣ ਵਾਲੀ ਗੱਲ ਵੀ ਜਿਹੜੀ ਹੈ ਉਹ ਹੋਏਗੀ, ਸਿੱਖਾਂ ਨੂੰ ਭੜਕਾਉਣ ਵਾਲੀ ਗੱਲ ਵੀ ਜਿਹੜੀ ਹੈ ਉਹ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਦੀਨ ਦੁਨੀਆ ਦੀਵਾਲੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ। ਕਰੋਨਾ ਵਾਇਰਸ ਕਾਰਨ ਫੈਲੀ ਹੋਈ ਮਹਾਂਮਾਰੀ ਨੂੰ ਲੈ ਕੇ ਲੋਕਾਂ ਨੂੰ ਬਚਾਉਣ ਦੇ ਲਈ ਮੁਲਕਾਂ ਦੀਆਂ ਸਰਕਾਰਾਂ, ਪ੍ਰਸ਼ਾਸਨ, ਸਿਹਤ ਵਿਭਾਗ, ਸਮਾਜ ਸੇਵੀ ਸੰਸਥਾਵਾਂ ਜਿੱਥੇ ਆਪਣੇ ਲੋਕਾਂ ਨੂੰ ਬਚਾਉਣ ਦੇ ਉੱਤੇ ਲੱਗੀਆਂ ਨੇ, ਜੋ ਕਿ ਸ਼ਲਾਘਾਯੋਗ ਕਰਮ ਹੈ, ਉੱਦਮ ਹੈ, ਉੱਥੇ ਭਾਰਤ ਦੇ ਅੰਦਰ ਖਾਸ ਤੌਰ ਦੇ ਉੱਤੇ ਪੰਜਾਬ ਹਰਿਆਣਾ ਦੇ ਅੰਦਰ ਇੱਕ ਬਹੁਤ ਹੀ ਕਾਨੂੰਨੀ ਜਿਹੜੀ ਹੈ ਸਿਆਸਤ ਵੀ ਹੋ ਰਹੀ ਹੈ। ਜਿੱਥੇ ਸਿੱਖ ਬੰਦੀ ਜਿਹੜੇ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਹੈ ਉਹਨਾਂ ਨੂੰ ਮਿਲੀਆਂ ਪਰੋਲਾਂ ਜਿਹੜੀਆਂ ਹੈ ਉਹ ਰੱਦ ਕੀਤੀਆਂ ਜਾ ਰਹੀਆਂ ਨੇ ਕਰੋਨਾ ਵਾਇਰਸ ਦਾ ਬਹਾਨਾ ਬਣਾ ਕੇ। ਉੱਥੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਕਰੋਨਾ ਵਾਇਰਸ ਦੀ ਆੜ ਦੇ ਵਿੱਚ ਹਰਿਆਣਾ ਸਰਕਾਰ ਜਿਹੜੀ ਹੈ ਉਹ ਸੌਦਾ ਸਾਧ ਨੂੰ ਪੈਰੋਲ ਦੇ ਉੱਤੇ ਰਿਹਾ ਕਰਨ ਜਾ ਰਹੀ ਹੈ। ਇਹ ਬਹੁਤ ਮੰਦਭਾਗੀ ਗੱਲ ਹੈ। ਜੇ ਹਰਿਆਣਾ ਸਰਕਾਰ ਸੌਦੇ ਸਾਧ ਨੂੰ ਰਿਹਾ ਕਰਦੀ ਹੈ ਪੈਰੋਲ ਦੇ ਉੱਤੇ ਅਤੇ ਉਹ ਬਾਹਰ ਆਉਂਦਾ ਹੈ ਅਤੇ ਪੰਜਾਬ ਅਤੇ ਹਰਿਆਣੇ ਦੇ ਵਿੱਚ ਜਿਹੜੇ ਪਿਛਲੇ 3-4 ਸਾਲਾਂ ਤੋਂ ਸ਼ਾਂਤੀ ਦਾ ਇੱਕ ਮਾਹੌਲ ਬਣਿਆ ਹੋਇਆ ਉਹਨੂੰ ਅੱਗ ਲਾਉਣ ਦਾ ਇੱਕ ਬਹੁਤ ਵੱਡਾ ਯਤਨ ਹੋਏਗਾ। ਅਤੇ ਇਹ ਇੱਕ ਸਿੱਖਾਂ ਨੂੰ ਉਕਸਾਉਣ ਵਾਲੀ ਗੱਲ ਵੀ ਜਿਹੜੀ ਹੈ ਉਹ ਹੋਏਗੀ, ਸਿੱਖਾਂ ਨੂੰ ਭੜਕਾਉਣ ਵਾਲੀ ਗੱਲ ਵੀ ਜਿਹੜੀ ਹੈ ਉਹ ਹੋਏਗੀ। ਇਸ ਕਰਕੇ ਹਰਿਆਣਾ ਸਰਕਾਰ ਨੂੰ ਇਸ ਕਿਸਮ ਦਾ ਕਦਮ ਚੁੱਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਹਦੇ ਨਾਲ ਪੰਜਾਬ ਅਤੇ ਹਰਿਆਣੇ ਦੇ ਅੰਦਰ ਜਿਹੜਾ ਸਦਭਾਵਨਾ ਦਾ ਮਾਹੌਲ ਬਣਿਆ, ਭਾਈਚਾਰੇ ਦਾ ਮਾਹੌਲ ਬਣਿਆ, ਸ਼ਾਂਤੀ ਦਾ ਮਾਹੌਲ ਬਣਿਆ, ਉਹ ਮਾਹੌਲ ਜਿਹੜਾ ਹੈ ਉਹ ਖਰਾਬ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।